ਹਾਂਜੀ ਕਿਸਾਨ ਵੀਰੋ ਕੀ ਹਾਲ ਚੱਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਬਦੇ ਤੋਂ ਬਦੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿਦਾ ਤੁਹਾਨੂੰ ਪਤਾ ਹੀ ਹੈ ਬਾੜੀਆਂ ਦਾ ਕੰਮ ਜਿਹੜਾ 1500 ਨੂੰ 1847 1692 ਦਾ ਪੂਰੇ ਜੋਰਾਂ ਤੇ ਚੱਲ ਰਿਹਾ ਤੇ ਅਗੇਤੀ ਪੀਆਰ 126 ਵੀ ਕਿਤੇ ਕਿਤੇ ਵੱਡੀ ਜਾਂ ਲੱਗੀ ਤੇ ਹਾਈਬ੍ਰਿਡ ਝੋਨੇ ਦੀ ਜਿਹੜੀ ਕਟਿੰਗ ਆ ਹੋ ਰਹੀ ਹੈ ਤੇ ਮੰਡੀਆਂ ਦੇ ਵਿੱਚ ਕਿਸਾਨ ਵੀਰੋ ਥੋੜਾ ਜਿਹਾ ਕਿਸਾਨਾਂ ਨੂੰ ਇਸ ਵਾਰ ਮੁਸ਼ਕਿਲ ਦਾ ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਕਿਉਂਕਿ ਸਰਕਾਰ ਦੇ ਬਿਆਨਾਂ ਦੇ ਅਨੁਸਾਰ ਜੇਕਰ ਆਪਾਂ ਦੇਖੀਏ ਤਾਂ ਝੋਨੇ ਦੀ ਜਿਹੜੀ ਖਰੀਦ ਉਹ ਪੂਰੀ ਤਰ੍ਹਾਂ ਨਾਲ ਚਾਲੂ ਨਹੀਂ ਕੀਤੀ ਗਈ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਕਿਉਂਕਿ ਆਪਾਂ ਵੀ ਜੋ ਆਪਣੇ ਇਸ ਸਤ ਏਕੜ 1509 ਝੋਨਾ ਲਾਇਆ ਹੋਇਆ ਸੀਗਾ ਆਲੂ ਵਾਲੇ ਖੇਤ ਦੇ ਵਿੱਚ ਆਪਾਂ ਉਹਦੀ ਤਕਰੀਬਨ 9 ਤਰੀਕ ਨੂੰ ਕਟਿੰਗ ਜਿਹੜੀ ਉਹ ਕਰਤੀ ਸੀਗੀ ਤੇ ਉਹਦੀ ਕਟਿੰਗ ਕਰਕੇ ਫਿਰ ਆਪਾਂ ਨੇ ਜੋ ਸੇਲ ਕੀਤਾ ਤੇ ਸੇਲ ਤੋਂ ਬਾਅਦ ਆਪਾਂ ਜੋ ਉਹਦੀ ਝਾੜ ਰਿਪੋਰਟ ਕੀ ਆਈ ਹੈ ਤੇ ਬਾਕੀ ਰੇਟ ਕੀ ਲੱਗਿਆ ਤੇ ਕਿੰਨੇ ਦਾ ਉਹ ਆਪਣਾ ਜੋ ਝੋਨਾ ਕੀ ਮਨ ਕਿ ਚਲੋ ਇੱਕ ਏਕੜ ਦੇ ਵਿੱਚੋਂ ਨਿਕਲਿਆ ਤੇ ਕੀ ਉਹ ਪਰਮਲ ਝੋਨੇ ਨਾਲੋਂ ਅੱਗੇ ਗਿਆ ਜਾਂ ਪਿੱਛੇ ਰਿਹਾ ਆਪਾਂ ਸਾਰੀ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਉਹ ਫਾਇਦੇ ਦਾ ਸੌਦਾ ਰਿਹਾ ਜਾਂ ਘਾਟੇ ਦਾ ਰਿਹਾ ਆਪਣੇ ਲਈ ਤਾਂ ਕਿਸਾਨ ਵੀਰੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਪੀਆਰ 100 26 ਝੋਨਾ ਜਿਹੜਾ ਜਾਂ ਪੀਆਰ 131 ਝੋਨਾਗਾ ਜਿਹੜਾ ਇਹਨਾਂ ਦੀ ਨਾਰਮਲ ਜਿੱਦ ਆਪਾਂ ਕਹਿੰਦੇ ਐਵਰੇਜ ਆਪਾਂ ਨੂੰ ਹੁਣ ਪਤਾ ਲੱਗ ਗਈ ਆ ਪਰ ਜੋ ਬਾਸਮਤੀ ਝੋਨਾ ਇਹਦੀਆਂ ਕੁਬੀਆਂ ਨੇ ਦੋ ਤਿੰਨ ਇੱਕ ਤਾਂ ਇਹਦਾ ਤੁਸੀਂ ਯੀਲਡ ਆ ਜਿਹੜਾ ਉਹ ਨਹੀਂ ਕਲੀਅਰ ਕਰ ਸਕਦੇ ਕਦੇ ਵੀ ਇਹਦਾ ਇਦਾਂ ਨਹੀਂ ਪਤਾ ਤੁਹਾਨੂੰ ਵੀ ਪੱਕਾ ਕਿੰਨਾ ਕਹੀ ਨਿਕਲੂਗਾ ਇਹ ਠੀਕ ਹੈ ਤੇ ਦੂਜੇ ਨੰਬਰ ਤੇਦਾ ਰੇਟ ਆਪਾਂ ਨੂੰ ਕਨਫਰਮ ਨਹੀਂ ਹੈਗਾ ਤੇ ਇਸ ਸਾਲ ਕਿਸਾਨ ਵੀਰੋ ਜੋ ਮੈਂ ਮੈਨੂੰ ਲੋਕਾਂ ਦੀਆਂ ਰਿਪੋਰਟਾਂ ਮਿਲਿਆ ਨੇ ਜਾਂ ਮੇਰਾ ਖੁਦ ਦਾ ਝੋਨਾ ਜੋ ਨਿਕਲਿਓ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿਉਂਕਿ ਇਸ ਸਾਲ ਜਿਹੜਾ ਬਾਸਮਤੀ ਝੋਨੇ ਦਾ ਰੇਟ ਆ ਪਿਛਲੇ ਸਾਲ ਨਾਲੋਂ ਤਕਰੀਬਨ ਤਕਰੀਬਨ 1000 ਰੁਪਏ ਡਾਊਨ ਚੱਲ ਰਿਹਾ 1509 ਝੋਨੇ ਦਾ ਚਾਹੇ ਤੁਸੀਂ 1847 ਜਾਂ 16 ਮੰਨ ਲੈ ਸਕਦੇ ਹੋ ਰੇਟ ਕਿਸਾਨ ਵੀਰੋ ਇਸ ਸਾਲ 3000 ਤੋਂ ਜਿਹੜਾ ਜ਼ਿਆਦਾ نیچے ਹੀ ਰਿਹਾ ਕੋਈ ਖਾਸ ਉੱਪਰ ਨਹੀਂ ਗਿਆ 2-4 ਦਿਨ ਉੱਪਰ ਰਿਹਾਗਾ ਫੇਰ ਫੇਰ ਦੁਬਾਰਾ نیچے ਆ ਗਿਆ ਤੇ ਕਿਸਾਨ ਵੀਰੋ ਝੋਨਾ ਜਿਹੜਾ 1509 ਹੈ ਇਹਦੀ ਜਿਹੜੀ ਐਵਰੇਜ ਈਲਡ ਆ ਰਿਹਾਗਾ ਝਾੜ ਜਿਹੜਾ ਇਹਦਾ ਆ ਰਿਹਾਗਾ ਤਕਰੀਬਨ ਕਿਸਾਨ ਵੀਰੋਂ 20 ਕਵਾਂਟਲ ਦੇ ਅਣਗੇੜੇ ਆ ਰਿਹਾ 20 21 22 ਕਵਾਂਟਲ ਤੱਕ ਤੇ ਜੋ ਆਪਣਾ ਕਿਸਾਨ ਵੀਰੋਂ ਝਾੜ ਝੜਿਆ ਦੇਖੋ ਆਪਾਂ ਮਿਹਨਤ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਕਰੀਏ ਦੇਸੀ ਰੇਵੀ ਖੇਤ ਦੇ ਵਿੱਚ ਪੈਂਦਾ ਬਾਕੀ ਪੋਟਾਸ਼ ਮੈਗਨੀਸ਼ੀਅਮ ਜ਼ਿੰਕ ਸਾਰਾ ਕੁਝ ਆਪਾਂ ਪਾਇਆ ਸਪਰੇਅਾਂ ਵੀ ਟਾਈਮ ਤੇ ਕਰੀਆਂ ਸੀਗੀਆਂ ਤੇ ਆਪਣਾ ਝਾੜ ਕਿਸਾਨ ਵੀਰੋਂ ਨਿਕਲਿਆ 24 ਕਵਾਂਟਲ ਬੀਕ ਕਿਲੋ 24 ਕਵਾਂਟਲ ਦੀ ਤੁਸੀਂ ਐਵਰੇਜ ਲਾ ਸਕਦੇ ਹੋ ਆਪਣੀ ਝਾੜ ਦੀ ਤੇ ਰੇਟ ਕਿਸਾਨ ਵੀਰੂ ਆਪਣਾ ਜਿਹੜਾ 2800 ਰੁਪਏ ਪਰ ਕਵਾਂਟਲ ਲੱਗੇ ਕਿਉਂਕਿ ਜੋ ਮੇਰੇ ਕੋਲ 1509 ਝੋਨੇ ਦਾ ਬੀਜ ਸੀਗਾ ਤੰਨੇ ਏਕੜ ਮੈਂ ਅਲੱਗ ਬੀਜ ਲੈ ਕੇ ਲਾਇਆ ਸੀ ਤੰਨੇ ਏਕੜ ਅਲੱਗ ਲੈ ਕੇ ਲਾਇਆ ਸੀ ਜਿਹੜਾ ਇੱਕ ਬੀਜ ਸੀਗਾ ਉਹਦੇ ਵਿੱਚ ਨਾ ਥੋੜਾ ਜਿਹਾ ਰਲਾ ਸੀਗਾ ਪ੍ਰੋਬਲਮ ਉਹਦੇ ਕਰਕੇ ਥੋੜਾ ਜਿਹਾ ਰੇਟ ਚਲੋ ਘਟ ਲੱਗ ਗਿਆ ਪਰ ਫਿਰ ਵੀ ਚਲੋ ਜੋ ਮਾਰਕੀਟ ਰੇਟ ਹੈ ਮਿਲਣਾ ਤਾਂ ਉਹੀ ਹੈ ਤੇ ਉਸ ਦੇ ਨਾਬੇ ਮੰਡੀ ਦਾ ਰੇਟ ਤਕਰੀਬਨ ਕਿਸਾਨ ਬਿਰੋ 2900 ਰੁਪਏ ਦੇ ਆਸ-ਪਾਸ ਰਿਹਾ ਪਰ ਆਪਣਾ ਝੋਨਾ ਜਿਹੜਾ 2800 ਰੁਪਏ ਲੱਗਿਆ ਤੇ ਕਿਸਾਨ ਬਿਰੋ ਇਸ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਆਪਣਾ 68 ਕੁ ਹਜ਼ਾਰ ਦਾ 68 29 ਹਜ਼ਾਰ ਦਾ ਕਿੱਲਾ ਜਿਹੜਾ ਉਹ ਝੋਨੇ ਦਾ ਨਿਕਲਿਆਗਾ 1 ਏਕੜ ਚੋਂ ਉਹ ਵੀ ਕਿਸਾਨ ਬਿਰੋ ਤਾਂ ਕਿਉਂਕਿ ਜੋ ਵੀ ਆਪਾਂ ਖਾਦਾਂ ਖਰਾਕਾਂ ਲਗੀਆਂ ਉਹ ਪੂਰੀਆਂ ਝੋਨੇ ਨੂੰ ਦਿੱਤੀਆਂ ਦੇਸੀ ਰੇ ਆਪਣੇ ਹਰ ਇੱਕ ਸਾਲ ਪੈਂਦਾ ਪਰਾਲੀ ਵਿੱਚ ਪਾਉਣੇ ਆ ਜਿਹਦੇ ਕਰਕੇ ਆਪਣਾ ਇਹ ਝੋਨਾ ਜਿਹੜਾ ਇੰਨਾ ਕ ਨਿਕਲੇ ਠੀਕ ਹੈ ਨਹੀਂ ਐਵਰੇਜ ਯੀਲਡ ਚਲੋ ਕਿਸੇ ਦਾ ਵੀਰੇ 25 ਵੀ ਨਿਕਲਦਾ 25 ਪਲੱਸ ਵੀ ਜਾਂਦਾ ਤੇ ਇੱਕ ਹੋਰ ਗੱਲ ਆਪਣੇ ਝੋਨੇ ਨੂੰ ਜੋ ਸੀਗਾ ਕਿਸਾਨ ਵੀਰੋ ਪੱਕੇ ਤੋਂ ਬਾਅਦ ਇੱਕਦਮ 3-4 ਦਿਨਾਂ ਦੇ ਵਿੱਚ ਤੇਲੇ ਦਾ ਅਟੈਕ ਆ ਆ ਗਿਆ ਜਿਹਦੇ ਕਰਕੇ ਸਪਰੇਅ ਕਰਨੀ ਬੇਸਟੇਜ ਸੀਗੀ ਤੇ ਕਟਿੰਗ ਨਾ ਸਹੀ ਟਾਈਮ ਤੇ ਹੋਣ ਕਰਕੇ ਝੋਨਾ ਕਰ ਨੱਬਤ ਵੱਡ ਤਾਪਾ ਨੇ ਉਹ ਫਕਟੋ ਨੇ ਦੀ ਕਟਾਈ ਆ ਜਿਹੜੀ ਪੂਰੇ 99 90 ਦਿਨਾਂ ਦੀ ਕਰਤੀ ਪਰ ਜੋ ਚਾਰਕ ਦਿਨਾਂ ਦੇ ਤੇਲੇ ਦਾ ਅਟੈਕ ਸੀਗਾ ਉਹਨੇ ਵੀ ਝੋਨੇ ਨੂੰ ਜੋ ਝਾੜ ਆ ਉਹ ਕਟਾਇਆ ਪਰ ਆਪਣਾ ਨਹੀਂ ਐਵਰੇਜ ਆਪਣੀ 25 ਪਲੱਸ ਹੀ ਆਉਂਦੀ ਸੀਗੀ ਚਲੋ ਜੋ ਪਰਮਾਤਮਾ ਨੇ ਦੇਣ ਵੈਸੇ ਨਾਰਮਲ ਐਵਰੇਜ ਆ ਜਿਹੜੀ ਉਹ ਝੋਨੇ ਦੀ 22 23 ਕੁਇੰਟਲ ਤੱਕ ਹੀ 20 22 ਕੁਇੰਟਲ ਤੱਕ ਹੀ ਰਹੀ ਹੈ ਤੇ ਕਿਸਾਨ ਬਰੋ ਜੋ ਪੀਆਰ 126 ਆ ਉਹਦੀ ਖਰੀਦ ਸੰਬੰਧੀ ਸੰਬੰਧੀ ਆ ਜਿਹੜਾ ਰੇਡ ਹਜੇ ਤੱਕ ਵੀ ਬਰਕਰਾਰ ਹੈ ਕੋਈ ਖਾਸ ਇਹਦੇ ਵਾਸਤੇ ਹੁਕਮ ਨਹੀਂ ਜਿਹੜੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਬਹੁਤ ਜ਼ਿਆਦਾ ਰੇਡ ਕਾ ਜਿਹੜਾ ਪੀਆਰ 126 ਦੇ ਵਿੱਚ ਆ ਰਿਹਾ ਤੇ ਇਹਦੇ ਸੰਬੰਧੀ ਆਪਾਂ ਵੀਡੀਓ ਪਾਵਾਂਗੇ ਤੇ ਬਾਕੀ ਕਿਸਾਨ ਬਰੋ ਜੋ ਝੋਨਾ ਆਪਣਾ ਪੂਰੀ ਤਰ੍ਹਾਂ ਸੁਕਾ ਕੇ ਮੰਡੀ ਦੇ ਵਿੱਚ ਲਿਆਓ ਤੇ ਵਧੀਆ ਚੰਗੇ ਮੋਇਸਚਰ ਵਾਲਾ ਝੋਨਾ ਜਿਹੜਾ 17 18 ਮੋਇਸਚਰ ਤੱਕ ਆ ਜਿਹੜਾ ਉਹਦੀ ਖਰੀਦ ਦੇ ਵਿੱਚ ਕੋਈ ਸੰਬੰਧੀ ਉਦੇ ਕੋਈ ਰੀੜਕਾ ਨਹੀਂ ਆਊਗਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਵਧੀਆ ਵਧੀਆ ਜਾਣਕਾਰੀ